ਫਿਰ ਮੈਂ ਹੁਣ ਵੀਡੀਓ ਬਣਾਉਣਾ ਪਿਆ ਬਸ ਨਾ ਵੀਡੀਓ ਨਾ ਬਣਾ ਅੱਲਾ ਨਾ ਕਰੇ ਬੰਦੇ ਤੇ ਆ ਹੀ ਵਣੀ ਤੇ ਬੰਦੇ ਕਿਤੇ ਤਸਵੀਰ ਤਾਂ ਹੋਵੇ ਹੇ ਅੱਗੇ ਪਤਾ ਨਹੀਂ ਕਿ ਛਾ ਪਿਓ ਦੇ ਨਾ ਖਬਰ ਕੋਈ ਨਾ ਪਤਾ ਨਹੀਂ ਅੱਛਾ ਮੈਂ ਇਹ ਰਸਾ ਬਸ ਇਹ ਗੱਲ ਛੋੜ ਤੂੰ ਮੈਂ ਇਹ ਗੱਲ ਦੱਸਾਂ ਕਿ ਵਧੇਰੇ ਤਾਂ ਕਿਤਨੇ ਸਾਲ ਤੀਕਰ ਫੌਤ ਤੇ ਮੈਂ ਵੀ ਇਹ ਗੱਲ ਸਾਂ ਹਾਂ ਕਿਤਨਾ ਅਰਸਾ ਠੀਕ ਹੈ 80 ਠੀਕ ਹੈ 80 ਠੀਕ ਹੈ ਅੱਛਾ ਇਹ ਜਿਹੜੀ ਮਸਜਿਦ ਖੜੀ ਹੈ ਇਹਨੀ ਮੈਂ ਅੱਗੇ ਵੀਡੀਓ ਬਣਾ ਗਿਆ ਇਹ ਕਿਤਨੀ ਉਮਰ ਇਹ ਕੋਈ ਪਤਾ ਨਹੀਂ ਇਹ ਚੌਥੀ ਪੰਜ ਉਮਰ ਮਜ਼ਾਕ ਤੋਂ ਲਾਓ ਤੂੰ ਤਾਂ ਛਪੇ ਦਾ ਬੈਠੇ ਹਾਂ ਨਹੀਂ ਨਹੀਂ ਮੈਂ ਅੱਗੇ ਵੀਡੀਓ ਬਣਾ ਗਿਆ 140 ਸਾਲ ਦੱਸੀ ਨੇ ਉਹ ਵੀ ਬੜੀ ਗੱਲ ਨਹੀਂ ਜੀ ਕਸ਼ੂਰ ਤੇ ਹੋ ਗਿਆ ਲੈ ਲੈ ਡਾੜੀ ਵੀ ਪੀ 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 ਨਹੀਂ 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 ਕੀ ਯਾਰ ਮੈਂ ਬਾਅਦ ਹੀ ਪੀਸਾਂ ਇਹ ਪਾਣੀ ਆਉਂਦੇ ਠੱਡਾ ਕੋਈ ਆਰਾਮ ਨਾ ਦੇ ਤੂੰ ਮੈਂ ਕੋਈ ਯਾਰ ਸਾਹਿਬ ਇਹ ਵਾਲਾ ਮਸੀਹ ਤੱਕ ਜਾ ਦੇ ਨਾ ਕਿ ਖੁਦਾ ਕੋ ਵੀ ਕਰ ਹਾਂ ਪਰ 200 ਸਾਲ ਦੀ ਗੱਲ ਦੀ 150 ਅਜੇ 140 ਸਾਲ ਤੱਕ ਆ ਕੇ ਨੇ ਮੈਂ 140 ਸਾਲ ਦਾ ਥੀ ਚੁੱਕਾ ਦਿੱਤੀ ਹੋ ਅੱਛਾ 140 ਸਾਲ ਹੋ ਤੇ ਵਲਾ ਮੈਂ ਦਿੱਤੀ ਹੋਵੇ ਤਾਂ 10-12 ਸਾਲ ਦਾ ਤਾਂ ਹੋਵਾਂ 150 ਸਾਲ ਦੀ ਮਕਸਦ ਹੈ ਮੈਂ ਜਾਣਦਾ ਮੈਂ ਦੀ ਉਮਰ ਆਈ ਤਾਂ 80 ਤੇ ਕੱਢ ਗਈ ਅੱਛਾ ਇਹਦੇ ਨਹਿਰ ਬਣੀ ਤਾਂ ਗੁਜਾ ਦੇ ਨਹਿਰ ਆਉਂਦੀ ਹੈ ਯਾਰ ਥੋੜ੍ਹੀ ਆਉਂਦੀ ਲਈਆ ਮੈਨੇ ਜਿਹਨੇ ਬਣੀ ਹੈ ਅੱਛਾ ਜਿਹਨੇ ਲਈਆ ਮੈਨੇ ਨਹਿਰ ਬਣੀ ਕਾਲ ਆਏ ਤਾਂ ਗੁਜਾ ਦੇ ਹਾਂ ਨਹਿਰ ਬਣੀ ਜਾਂ ਕਾਲ ਆਇਆ ਵਧੇਰੀ ਦੱਸਾਂਗੇ ਨਾ ਨਾ ਹਾਂ ਉਹ ਯਾਦ ਹੈ ਕਾਲ ਆਏ ਆਟਾ ਕੋਣੇ ਗੱਟੇ ਪੀਠੇ ਮਿਲ ਜਾਂ ਇਵੇਂ ਗੱਲ ਆ ਇਵੇਂ ਉਸ ਵੱਡੇ ਵੱਡੇ ਸਾਹਿਬ ਸਾਹਿਬ ਤਾਂ ਨਹੀਂ ਪਤਾ ਹੀ ਗੱਲ ਅੱਛਾ ਗੱਲ ਇਹ ਤਾਂ ਕਾਲ ਪੀਠਿਆ ਸੀ ਪੀਠਿਆ ਵੇ ਗੱਟਿਆ ਦਾ ਆਟਾ ਉਹ ਚੰਗੀ ਤਰ੍ਹਾਂ ਯਾਦ ਹੈ ਨਹਿਰ ਯਾਦ ਨਹੀਂ ਬਸ ਉਹ ਵਧੇਰੀ ਆ ਦੇ ਜਦ ਕਾਲ ਆਇਆ ਹੀ ਗੱਟੇ ਪੀਠੇ ਮਿਲਦੇ ਹਨ ਆਟਾ ਕੋਨੇ ਬਿਲਕੁਲ ਭੂਕੁਲ ਖਾਂਦੇ ਆ ਸੇ ਗੱਟੇ ਪੀਠੇ ਖਾਂਦੇ ਆ ਸੇ ਤਾਂ ਇਹ ਚੀਜ਼ਾਂ ਵੀ ਜਿਹੜੇ ਨਾ ਯਾਦ ਰਹੂ ਬਸ ਨਿਸ਼ਾਨੀ ਇਹ ਹੈ ਕਿ ਨਹਿਰ ਉਹਨੇ ਆਈ ਆਈ ਬਸ ਬਸ ਜ਼ਹਿਨ ਤੇ ਗੱਲ ਨਹਿਰ ਵਾਲੀ ਬਸ ਨਹੀਂ ਆਉਂਦੀ ਵੀ ਇਹ ਯਾਦ ਹੈ ਬਿਲਕੁਲ ਆ ਕਿ ਮੈਂ ਕੋਈ ਚੰਗੀ ਤਰ੍ਹਾਂ ਦੇ ਯਾਦ ਅੱਛਾ ਅਗਲੀ ਗੱਲ ਟੋਰੋ ਤੇਰੇ ਪਿਓ ਪਿਓ ਕੋਲ ਬਾਅਦ ਵਧੇਰੀ ਤੇਰੀ ਵਧੇਰੀ ਕਰਨੇ ਫੌਤ ਹੈ ਉਹ ਤਾਂ ਹੋ ਗਈ ਅੱਛਾ ਜਿਹੜਾ ਕਿਰਾੜ ਉੱਠੇ ਪਾਕਿਸਤਾਨ ਬਣੇ ਤੈਨੂੰ ਯਾਦ ਹੈ ਮੈਂ ਜਿੰਮਿਆ ਹੂੰ ਵਲੇ ਅੱਛਾ ਤੂੰ ਹੋਰ ਜਿੰਮਿਆ ਵਡੇਰਾ ਮੋਏ ਮਕਸਦ ਹੈ ਸਾਲ ਦਾ ਹੀ ਪਹਿਲੇ ਜਮਿਆ ਆਇਆ ਮੈਂ ਦੂ ਦਾ ਡੇਢ ਦਾ ਬੈਠਾ ਹਾਂ ਪਰ ਵੱਡੀ ਉਮਰ ਦਾ ਕੋਈ ਨਾ ਵਾਹ ਬਈ ਤੇਰੇ ਮੌਜ ਤੇਰੀ ਵੀਡੀਓ ਮੈਂ ਹੁਣ ਬਣਾ ਕੇ ਲੈਂਦਾ ਪਿਆ ਤੂੰ ਮਾਰੀ ਵਜੇ ਨਾ ਇਹ ਇਵੇਂ ਖੜੀ ਹੋ ਸੀ ਇਹ ਗੱਲ ਹੀ ਕਰਦਾ ਮੈਂ ਜਿਹੜੇ ਤੂੰ ਗੱਲ ਹੀ ਕਰਦਾ ਬੈਠੇ ਬਿਲਕੁਲ ਇਵੇਂ ਖੜਿਆ ਹੋ ਸੀ ਤੇਰੀ ਯਾਦਗਾਰ ਵਾਸਤੇ ਅਸਾਂ ਤਾਂ ਆਪਦੇ ਸਭ ਚਾਵਲ ਖਵਾ ਚਾ ਹਾਂ ਇਹ ਦਾਦਾ ਆਦੇ ਮੈਂ ਜਾਂ ਆਤੇ ਆਇਆ ਉਹ ਆਦੇ ਜਾਂ ਮੈਂ ਬਈ ਸ਼ਾਦੀ ਕਰਨੀ ਹੈ ਅੱਛਾ ਉਹ ਗੱਲ ਮੈਂ ਸੁਣਾ ਜਿਹੜੀ ਉਹ ਗੱਲ ਸੁਣਾ ਜੇ ਡਾਲੇ ਵਾਲੇ ਤਾਂ ਕਿਆ ਆਖੇ ਮੈਂ ਉਹ ਵਾਲਾ ਗਾਲ ਸੁਣਾ ਬੜੀ ਮਜ਼ਾ ਦੇਣੀ ਤਾਂ ਕਿ ਮੈਂ ਆਦਾ ਪਿਆ ਮੈਂ ਤਾਂ ਡਾਲੇ ਵਾਲਾ ਹਾਰਨ ਦਿੱਤੇ ਸੀ ਮੈਂ ਤਾਂ ਕਿਤੇ ਹਟਿਆ ਹਾਂ ਸ਼ਾਦੀ ਕਰਨੀ ਹਾਂ ਉਹ ਗੱਲ ਸੁਣਵਾ ਮੈਂ ਬਹੁਤ ਹੀ ਗੱਲ ਹੈ ਜੋ ਵੀ ਉਹ ਡਾਲਾ ਆਇਆ ਨਾ ਤੇ ਮੈਂ ਹੇਠਾਂ ਨਾਮ ਉਹ ਬਰੇਕ ਮਾਰੀ ਤੇ ਵਲਾ ਉੱਠੀ ਕੇ ਲੈ ਕੇ ਮੈਂ ਕਹਾਂ ਦੇਖਣ ਲੱਗਾ ਹੀ ਨੇ ਤੇ ਮੈਂ ਆ ਕੇ ਦੁਆ ਮੰਗ ਬਚ ਗਿਆ ਮੈਂ ਤੂੰ ਹੀ ਬਚ ਗਏ ਮੈਂ ਅੱਜ ਸ਼ਾਦੀ ਕਰਨੀ ਉਹ ਕਿਲਣ ਪੈ ਗਏ ਉਹ ਕਿਲਣ ਪੈ ਗਏ ਠੀਕ 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 ਅੱਛਾ ਹੁਣ ਇਹ ਕਿਤਾ ਇਹ ਵੀ ਤੇਰੀ ਬੜੀ ਖੁਸ਼ੀ ਦੀ ਗੱਲ ਹੈ ਕਿ ਤੈਨੂੰ ਉਹ ਪੁੱਤਰਾਂ ਕੁਰਾਨ ਮਜੀਦ ਪੜ੍ਹਾ ਕਿਤੇ ਬੜੀ ਖੁਸ਼ੀ ਦੀ ਗੱਲ ਹੈ ਹਕੀਕਤ ਹੈ ਤਾਂ ਵੀ ਉਹ ਕਿਤੇ ਕੁਰਾਨ ਸ਼ਰੀਫ ਦਾ ਹਾਫਿਜ਼ ਹੈ ਫਜਰੀ ਮੈਂ ਇਹ ਗੱਲ ਯਾਦ ਕਰਨ ਲਈ ਗਿਆ ਤੇ ਉਹ ਛੁਆਰ ਪੜਦੇ ਨੇ ਮੈਂ ਫਜਰ ਨਮਾਜ਼ ਕੜੇ ਪੇਸ਼ੀ ਦੀ ਗਏ ਪੜੀ ਯਕੇ ਰਾਨ ਸਾਰੇ ਪੜਦੇ ਅਜਾ ਚੁੱਕੇ ਦੇ ਜਾ ਉਹ ਕੋਈ ਹੈ ਇਹ ਮੁਕੰਮਲ ਹਾਫਿਜ਼ ਹਾਂ ਇਹ ਤਾਂ ਆਲਮ ਹੈ ਆਲਮ ਵਾਕਈ ਇਹ ਬੜੀ ਹਿੰਮਤ ਹੈ ਕਿ ਮੈਂ ਰਾਤ ਹਟ ਕੇ ਆਲਮ ਨਾ ਪੜ ਨਹੀਂ ਬੜਾ ਅੱਲਾ ਬਣਾ ਲਿਆ ਆਲਮ ਕਿਹੜੀ ਗੱਲ ਹੈ
میں جو ہوں کوئی روزگار اپنا تو جو حال قرآن تک وہ ایسی رب تعالیٰ سینے ٹکائی کہنا وہ میں پانچ سپارے چھ سپارے روز پڑھ رہا او چنگی گال ہے تو یہ نہ ٹک این گال تو نہ اللہ عالم بڑا ہے جو ہوں کو مسجد اچھا تو یہ دوسری گال ہے کہ تو نے شادی کرنے کرا کہیں جی چھوڑا او اکھن دا نہیں آدے حال نہیں آدے کون کتو گھنی میں کتو ہاں چھوڑ نہیں آدے گھنی ہو گیا تو گیا تھا ہی او آدھن کوئی نہ حال نہیں سکتا چھوڑ آدھا اسا پڑھا لے ڈاکٹر کوئی ہسپتال چاہے نہیں کوئی بڑا ڈاکٹر آتا ہے کوئی سفارت دے دیں گے اچھا اون دی کر دے ہوں میں پھول تبھی سی بہو گی دے ہوں فرق کی سی ہاں فرق آئی دے تے نہ ہاں تے ٹھیک لگدا ہے سیا ڈاؤن ہے سی ہاں جگ دا میٹھی کو نہیں اچھا اچھا جگ دا میرے دماغ کی خلل آ بولے او جڑی اوتا ملتان ایک ہسپتال ہے پتہ نہیں کیوں نہ پوچھنا پوری او سپریشن دماغ واسطے اوتھوں چیک کرا کے لے ماں دا کرا ملتان ایک ہسپتال ہے بھائی او او سپریشن لسٹ ہے صرف دماغ واسطے کرا کرا ٹھیک 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 واہ بھائی واہ تے دیا موجن دا ہے ٹھیک 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 تے کوئی گھر علی تاں کیا لگی بیٹھے اوتھے تک منہ جائی بیٹھی ہے گھر علی ہاں کرے ساری زندگی ٹولے تاج میرے کٹھے ہاں میں بھائی گل اے سوچا دا پیٹ اون دی سوچا دا بیٹا او آ ویسی آ ویسی آ ویسی آ ویسی اے سکول لے کھڑے ہاں نال سکول میں بیٹھا اے میں بال تے نہیں بیٹھا واہ بھائی واہ اچھا اے مگر دسا تے جنا تو بیٹھ دا نا گندا بیٹھے بیٹھے تیرا گھر ہے کون ہے جماعت را بیٹھے گھر پیو ماتا اٹھی بیٹھے اٹھے بیٹھے اچھا اتو اٹھی بلا کتا گیا ਵਲਾ ਉਥੇ ਵਾਂਗੇ ਬੈਠੇ ਜਿੱਥੇ ਬੈਠੇ ਹਾਂ ਹਾਂ ਇੱਥੇ ਉੱਟੀ ਕੇ ਵਲਾ ਉਥੇ ਵਾਂਗੇ ਬੈਠੇ ਇੱਥੇ ਹੀ ਨਾਲ ਜਿਹੜਾ ਘਰ ਹੈ ਇਹ ਯੱਕੇ ਚਾਹੀ ਬਾਬਿਆ ਯੱਕੇ ਖਲਦੇ ਹੋ ਰਹੀ ਇਹ ਵਲਾ ਮੰਦਰ ਤੱਬਾ ਸਾਰੀ ਜੇ ਪਰ ਯੱਕੇ ਇਹ ਉੱਠੀ ਕੇ ਪਹਿਲੇ ਸਭ ਨੂੰ ਮੈਂ ਹੁਣ ਗਿਆ ਪਹਿਲੇ ਮੈਨੂੰ ਬਿਠਾ ਕੇ ਅੱਛਾ ਪਿੱਛੇ ਮੈਂ ਗਿਆ ਠੀਕ ਠੀਕ ہوں تو پوتر تھی گیا پوتر جانے دوں کام جانے تو تسا اصل تیرے جی تو بیٹھے تیرے رستے دا مسئلہ ہے پیا ہاں رستے دا مسئلہ باقی کوئی مسئلہ کوئی واہ بھائی واہ یادگار واسطے جڑا نا ڈاڑا مت ٹوری وجہ سے ایک خود سے ڈاڑا بیٹھے نہیں بیٹھا